ਹੁਣ ਆਪਾਂ ਛੇਵੀਂ ਟੋਲੀ ਵੱਲ ਚੱਲਦੇ ਹਾਂ। ਛੇਵੀਂ ਟੋਲੀ ਵਿੱਚ 8 ਅੱਖਰ ਆਉਂਦੇ ਨੇ ਸ਼ਾਮੁਖੀ ਦੇ, ਲਾਮ ਤੋਂ ਸ਼ੁਰੂ ਹੋ ਕੇ ਵੱਡੀ ਏ ਤੇ ਮੁੱਕਦੀ ਹੈ। ਤੇ ਇਹਨਾਂ ਦੇ ਨਾਂ ਹਨ ਲਾਮ, ਮੀਮ, ਨੂਨ, ਵਾਓ, ਗੋਲ੍ਹੇ, ਹਮਜ਼ਾ, ਛੋਟੀ ਏ ਤੇ ਵੱਡੀ ਏ। ਤੇ ਇਹਨਾਂ ਦੇ ਗੁਰਮੁਖੀ ਦੇ ਬਰਾਬਰੀ ਦੇ ਅੱਖਰ ਹਨ ਲੱਲਾ, ਲਾਮ ਦਾ ਲੱਲਾ, ਮੀਮ ਦਾ ਮੰਮਾ, ਨੂਨ ਦਾ ਨੰਨਾ, ਵਾਓ ਦਾ ਵਾ ਵਾ। ਤੇ ਵਾਓ ਇੱਕ ਸਵਰ ਵੀ ਹੈ ਜਿਹਦੀ ਆਵਾਜ਼ ਓ ਹੈ। ਇਸ ਤੋਂ ਪਹਿਲਾਂ ਆਪਾਂ ਇੱਕ ਸਵਰ ਵੇਖ ਚੁੱਕੇ ਹਾਂ ਅਲਿਫ, ਜੋ ਕਿ ਕੰਨੇ ਦੀ ਆਵਾਜ਼ ਕਰਦਾ ਹੈ ਆ, ਤੇ ਵਾਓ ਓ ਹੋੜੇ ਦੀ ਆਵਾਜ਼ ਤੇ ਕਨੋੜੇ ਦੀ ਆਵਾਜ਼ ਕਰਦਾ ਹੈ। ਗੋਲ ਹੇ ਹਾਹੇ ਦੇ ਬਰਾਬਰੀ ਕਰਦਾ, ਹਮਜ਼ਾ ਵੀ ਹਾਏ ਦੀ ਬਰਾਬਰੀ ਕਰਦਾ। ਹਮਜ਼ਾ ਬਹੁਤ ਘੱਟ ਪੰਜਾਬੀ ਵਿੱਚ ਤੇ ਨਹੀਂ ਅਰਬੀ ਦੇ ਕੁਝ ਲਫ਼ਜ਼ਾਂ ਵਿੱਚ ਵਰਤਿਆ ਜਾਂਦਾ ਹੈ। ਛੋਟੀ ਏ ਤੇ ਵੱਡੀ ਏ, ਛੋਟੀ ਏ ਯਾਇਆ ਦੀ ਆਵਾਜ਼ ਕਰਦਾ ਹੈ, ਤੇ ਛੁੱਟੀ ਇਹ ਵੀ ਇੱਕ ਸਵਰ ਹੈ ਜਿਹੜਾ ਕਿ ਈ ਦੀ ਆਵਾਜ਼, ਬਿਹਾਰੀ ਤੇ ਸਿਹਾਰੀ ਦੀ ਆਵਾਜ਼ ਕੱਢਦਾ ਹੈ। ਤੇ ਵੱਡੀ ਏ ਜਿਹੜਾ ਉਹ ਵੀ ਸਵਰ ਹੈ, ਉਹ ਏ ਦੀ ਆਵਾਜ਼, ਲਾਂਭ ਤੇ ਦੁਲਾਵ ਦੀ ਆਵਾਜ਼ ਕਰਦਾ ਹੈ। ਸੋ ਇਸ ਟੋਲੀ ਵਿੱਚ ਆਪਾਂ ਤਿੰਨ ਸਵਰ ਵੇਖੇ ਹੈ, ਵਾਓ, ਛੁੱਟੀ ਏ ਤੇ ਵੱਡੀ ਏ, ਤੇ ਬਾਕੀ ਜਿਹੜੇ ਅੱਖਰ ਦੇਖੇ ਆਪਾਂ ਲਾਮ, ਮੀਮ, ਨੂਨ, ਵਾਓ, ਗੋਲ੍ਹੇ, ਹਮਜ਼ਾ, ਛੋਟੀ ਏ ਤੇ ਵੱਡੀ ਏ। ਤੇ ਇਹਨਾਂ ਨੂੰ ਲਿਖਣ ਦਾ ਤਰੀਕਾ ਲਾਮ ਦਾ ਆਲਮੋਸਟ ਲਾਈਕ ਅ ਪੁੱਠਾ ਜੇ, ਮੀਮ, ਨੂਨ, ਨੂਨ ਔਰ ਲਾਮ ਦਾ ਫਰਕ ਇੰਨਾ ਹੀ ਹੈ ਕਿ ਲਾਮ ਦਾ ਜਿਹੜਾ ਸੱਜੇ ਪਾਸੇ ਦੀ ਡੰਡੀ ਥੋੜ੍ਹੀ ਜਿਹੀ ਉੱਚੀ ਹੈ, ਨੂਨ ਦੀ ਥੋੜ੍ਹੀ ਜਿਹੀ ਨੀਵੀਂ ਹੈ, ਤੇ ਨੂਨ ਵਿੱਚ ਵਿੱਚੇ ਇੱਕ ਨੁਕਤਾ ਆਉਂਦਾ। ਤੇ ਵਾਓ ਅਗੇਨ ਸੈਮੀ ਸਰਕੂਲਰ ਕੌਮਾ, ਪਰ ਇਸ ਦਾ ਜਿਹੜਾ ਉਤਲਾ ਹਿੱਸਾ ਹੈ ਉਹ ਥੋੜ੍ਹਾ ਜਿਹਾ ਮੋਟਾ ਹੈ ਕੰਪੇਅਰ ਟੂ ਦਾਲ। ਸੋ ਇਹ ਦੇਖੋ ਕਿ ਤੁਸੀਂ ਇਹਨਾਂ ਦੇ ਆਕਾਰ ਇੱਕੋ ਜਿਹੇ ਲੱਗਣਗੇ ਤੁਹਾਨੂੰ, ਦਾਲ, ਡਾਲ, ਜ਼ਾਲ ਅਤੇ ਵਾਓ। ਸੋ ਸ਼ਾਮਕੀ 'ਚ ਕਈ ਵਾਰੀ ਵਾਓ ਅਤੇ ਦਾਲ ਦਾ ਕਨਫਿਊਜ਼ਨ ਹੁੰਦਾ ਹੈ। ਇੰਡੀਪੈਂਡੈਂਟ ਰੂਪ ਵਿੱਚ ਇਹਦਾ ਥੋੜ੍ਹਾ ਜਿਹਾ ਮੋਟਾਈ ਮੋਟਾ ਹੁੰਦਾ ਹੈ ਉੱਤੇ, ਪਰ ਜਦ ਆਪਾਂ ਅੱਖਰ ਜੋੜ ਕਰਦੇ ਹਾਂ ਤਾਂ ਉਹ ਆਲਮੋਸਟ ਇੱਕੋ ਜਿਹੇ ਲੱਗਦੇ ਆ। ਗੋਲ੍ਹੇ ਦਾ ਤਾਂ ਗੋਲ੍ਹੇ ਗੋਲ ਹੈ, ਹਮਜ਼ਾ, ਛੋਟੀ ਏ, ਛੋਟੀ ਏ ਇਜ਼ ਰਿਟਨ ਆਲਮੋਸਟ ਐਸ ਦੇ ਵਾਂਗੂ, ਇਸ ਤਰ੍ਹਾਂ ਉਹਦਾ ਆਕਾਰ ਹੁੰਦਾ ਹੈ। ਅਤੇ ਵੱਡੀ ਏ ਨੂੰ ਆਪਾਂ ਇਸ ਤਰ੍ਹਾਂ ਲਿਖਦੇ ਹਾਂ। ਸੋ ਇਹ ਸੀਗੇ ਛੇਵੀਂ ਟੋਲੀ ਦੇ 8 ਅੱਖਰ, ਲਾਮ, ਮੀਮ, ਨੂਨ, ਵਾਓ, ਗੋਲ੍ਹੇ, ਹਮਜ਼ਾ, ਛੋਟੀ ਏ ਅਤੇ ਵੱਡੀ ਏ।